ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਬਲਪ੍ਰੀਤ ਸਿੰਘ, ਡਾਇਰੈਕਟਰ IIT ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਪ੍ਰਾਈਵੇਟ ਲਿਮਿਟਿਡ। ਅੱਜ ਅਸੀਂ ਤੁਹਾਡੇ ਸਾਹਮਣੇ ਆਏ ਹਾਂ, ਸਾਡੀ ਬੇਟੀ ਮਿਸ ਨਵਜੋਤ ਕੌਰ ਦਾ ਸਟੂਡੈਂਟ ਵੀਜ਼ਾ ਆਇਆ ਕੈਨੇਡਾ ਦਾ। ਇਹਨਾਂ ਨੇ SDS ਰੂਲ ਦੇ ਅੰਡਰ ਵੀਜ਼ਾ ਲਗਾਇਆ, 6 ਈਚ ਬੈਂਡਸ ਹੈ। ਐਂਡ ਸਭ ਤੋਂ ਇੰਪੋਰਟੈਂਟ ਪੁਆਇੰਟ ਹੈ ਕਿ ਇਹਨਾਂ ਦਾ 2016 ਪਾਸ ਆਊਟ ਨਵਜੋਤ ਹੈ। ਸੋ ਮੈਂ ਬਹੁਤ ਬਹੁਤ ਕੋਂਗਰੈਚੁਲੇਟ ਕਰਦਾ ਨਵਜੋਤ ਨੂੰ ਆਪਣੇ ਵੀਜ਼ੇ ਲਈ। ਨਵਜੋਤ, ਤੁਸੀਂ ਦੱਸੋ ਵੀ ਕਿਸ ਤਰ੍ਹਾਂ ਲੱਗਿਆ ਸਾਡੀ ਕੰਪਨੀ ਦੇ ਨਾਲ ਐਕਸਪੀਰੀਅੰਸ? ਮੈਂ ਥੈਂਕਸ ਕਰਨਾ ਚਾਹੂੰਗੀ ਬਾਕੀ ਸਰ ਤੇ ਡਾਕਟਰ ਮੈਮ ਨੂੰ, ਜਿਨ੍ਹਾਂ ਨੇ ਮੈਨੂੰ ਇੰਨੀ ਗਾਈਡੈਂਸ ਦਿੱਤੀ ਅਤੇ ਮੇਰੀ ਇੰਨੀ ਹੈਲਪ ਕੀਤੀ ਆ ਵੀਜ਼ਾ ਇਸ਼ੂ ਕਰਵਾਉਣ ਦੇ ਵਿੱਚ। ਅਤੇ ਮੈਂ ਸਾਰੇ ਰਿਲੇਟਿਵਸ ਐਂਡ ਫਰੈਂਡਸ ਨੂੰ ਰਿਕਮੈਂਡ ਕਰਨਾ ਚਾਹੁੰਦੀ ਹਾਂ ਕਿ ਇਹ ਇੱਥੇ ਆ ਕੇ ਆਪਣੇ ਵੀਜ਼ਾ ਲਈ ਅਪਲਾਈ ਕਰਨ, ਕਿਉਂਕਿ ਇਹ ਬਹੁਤ ਵਧੀਆ ਗਾਈਡ ਕਰਦੇ ਆ ਅਤੇ ਸਾਰਾ ਕੁਛ ਆਪ ਹੀ ਮੈਨੇਜ ਕਰ ਲੈਂਦੇ ਆ। ਇੰਨੀ ਸਾਨੂੰ ਦਿੱਕਤ ਨਹੀਂ ਹੁੰਦੀ ਹੈਗੀ ਸਾਰਾ ਕੁਛ ਮੈਨੇਜ ਕਰਨ। ਥੈਂਕ ਯੂ ਨਵਜੋਤ, ਥੈਂਕਸ ਲੋਟ। ਅੱਜ ਨਵਜੋਤ ਦੇ ਪੇਰੈਂਟਸ ਵੀ ਆਏ ਹੋਏ ਆ, ਮਾਤਾ ਪਿਤਾ ਨਾਲ ਹੈਗੇ ਆ, ਅਤੇ ਮੈਂ ਇਹਨਾਂ ਨੂੰ ਪੁੱਛਣਾ, ਪਹਿਲਾਂ ਤਾਂ ਮੁਬਾਰਕਾਂ ਦੇਣਾ ਚਾਹੂੰਗਾ ਜੀ, ਬਹੁਤ ਬਹੁਤ ਮੁਬਾਰਕਾਂ ਤੁਹਾਡੇ ਬੇਟੀ ਦਾ ਵੀਜ਼ਾ ਆਇਆ। ਅਤੇ ਇਹਨਾਂ ਦਾ ਬੇਟਾ ਵੀ ਆਸਟ੍ਰੇਲੀਆ ਅਸੀਂ ਭੇਜਿਆ ਸੀ ਸਾਡੀ ਕੰਪਨੀ ਦੇ ਥਰੂ ਗਿਆ। ਅਤੇ ਅੱਜ ਇਹਨਾਂ ਦੇ ਨਵਜੋਤ ਦੇ ਮੰਮੀ ਪਾਪਾ ਨੂੰ ਪੁੱਛਣਾ ਚਾਹਾਂਗੀ ਵੀ ਸਰ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ ਸਰਵਿਸਿਜ਼ ਸਾਡੀ ਕੰਪਨੀ ਦੀਆਂ? ਬਹੁਤ ਵਧੀਆ ਲੱਗੀਆਂ। ਥੈਂਕ ਯੂ ਜੀ। ਕਿਸੇ ਤਰ੍ਹਾਂ ਦਾ ਤੁਹਾਡੇ ਤੋਂ ਕੋਈ ਪੈਸਾ ਐਡਵਾਂਸ ਲਿੱਤਾ ਹੋਇਆ ਸਾਡੀ ਕੰਪਨੀ ਨੇ? ਨਹੀਂ, ਕੋਈ ਐਡਵਾਂਸ। ਥੈਂਕ ਯੂ ਜੀ ਬਹੁਤ ਬਹੁਤ। ਔਰ ਗਾਈਡੈਂਸ ਕਿਸ ਤਰ੍ਹਾਂ ਲੱਗੀ? ਬਹੁਤ ਵਧੀਆ। ਨਵਜੋਤ, ਤੁਹਾਨੂੰ ਵੀ ਅੱਛਾ ਲੱਗਾ? ਭੈਣ ਜੀ, ਤੁਹਾਨੂੰ ਕਿਸੇ ਤਰ੍ਹਾਂ ਦੀ ਤਕਲੀਫ? ਸੋ ਸਾਰੇ ਖੁਸ਼ ਹੈ ਅੱਜ ਕਿਉਂਕਿ ਇਹਨਾਂ ਦਾ ਵੀਜ਼ਾ ਆਇਆ। ਔਰ ਮੈਂ ਹੋਪ ਕਰਦਾ ਸਾਰੇ ਵਿਊਅਰ, ਸਾਰੇ ਪਬਲਿਕ ਜੋ ਵਾਚ ਕਰ ਰਹੀ ਹੈ, ਕਿ ਤੁਸੀਂ ਅਗਰ ਸਹੀ ਫਾਈਲ, ਸਹੀ ਸਬਜੈਕਟ, ਸਹੀ ਕੋਰਸ ਔਰ ਕਾਲਜ ਸਿਲੈਕਟ ਕਰਦੇ ਹੋ ਤਾਂ 100% ਤੁਹਾਡਾ ਵੀਜ਼ਾ ਆਏਗਾ, ਚਾਹੇ ਉਹ SDS ਹੈ, ਨਾਨ SDS ਹੈ। ਥੈਂਕਸ ਲੋਟ ਜੀ, ਥੈਂਕ ਯੂ ਜੀ।